पटियाला जिले की सरकारी गौशाला गाजीपुर में बनाई हुई है, जिसके अंदर गोवंश के लिए पूरे प्रबंध ना होने के कारण इसके लिए लोगों की मांग उठती रही कि पशुओं को खाने के लिए चारे का प्रबंध हो एवं उनको ठंड व धूप से बचाने के लिए नए शेडों का निर्माण किया जाए। उसको देखते हुए पंजाब सरकार ने 58 लाख रुपए की राशि सरकारी गौशाला गाजीपुर के लिए जारी की। आज इसके काम का शुभारंभ समाना के विधायक राजेंद्र सिंह ने किया और कहा कि पंजाब सरकार हमेशा अच्छे कार्य करने के लिए तत्पर रहती है और इस गोवंश की सेवा के लिए उन्होंने यह ग्रांट जारी की है, इसका फायदा इनको मिलेगा। ਤੁਹਾਨੂੰ ਦੱਸਦੇ ਹੋਏ ਕਿ ਬਹੁਤ ਵੱਡੀ ਗ੍ਰਾਂਟ ਜਿਹੜੀ ਗਊਸ਼ਾਲਾ ਗਾਜੀਪੁਰ ਅਤੇ ਮਾਨਸਾ ਵਾਸਤੇ ਪੰਜਾਬ ਸਰਕਾਰ ਨੇ ਮਨਜ਼ੂਰ ਕੀਤੀ ਹੈ 58 ਲੱਖ ਰੁਪਈਆ ਮਨਜ਼ੂਰ ਹੋਇਆ ਇੱਥੇ, ਜਿਹਦੇ 'ਚ ਸਾਨੂੰ ਬਹੁਤ ਵੱਡੀ ਦਿੱਕਤ ਸੀ ਕਿਉਂਕਿ ਸਾਡੇ ਇਲਾਕੇ ਦੀ ਸਭ ਤੋਂ ਵੱਡੀ ਸਰਕਾਰੀ ਗਊਸ਼ਾਲਾ ਹੈ ਇਹਦੇ 'ਤੇ ਬਹੁਤ ਵੱਡਾ ਪ੍ਰੈਸ਼ਰ ਸੀ ਅਤੇ ਜਦੋਂ ਮੈਂ ਪਹਿਲੀ ਵਾਰ ਆਇਆ ਸੀ ਬੜਾ ਤਰਸਯੋਗ ਹਾਲਾਤ ਸੀਗੇ ਇੱਥੇ, ਬੜਾ ਮੁਸ਼ਕਿਲ ਸੀ। ਹੌਲੇ ਹੌਲੇ ਕੋਸ਼ਿਸ਼ ਕੀਤੀ ਟੇਕਾ ਗਾਜੇਵਾਸ ਹੋਰ ਸਾਡੇ ਸਮਾਣੇ ਦੇ ਦਾਨੀ ਸੱਜਣਾਂ ਨੇ ਬੜਾ ਉਪਰਾਲਾ ਕੀਤਾ, ਬੜਾ ਵਧੀਆ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਅਸੀਂ ਵੀ ਮੌਕੇ ਤੋਂ ਮੌਕੇ ਇੱਥੇ ਆਉਂਦੇ ਰਹੇ ਹੈ ਅਤੇ ਤੁਸੀਂ ਦੇਖ ਹੀ ਰਹੇ ਹੋ ਬਹੁਤ ਵੱਡਾ ਸੁਧਾਰ ਪਹਿਲਾਂ ਉਸ ਤੋਂ ਬਾਅਦ ਇੱਥੇ ਆਇਆ ਅਤੇ ਜਿਹੜੇ ਇਹ 58 ਲੱਖ ਰੁਪਈਆ ਇਹਨਾਂ ਨੂੰ ਸਰਕਾਰ ਨੂੰ ਮਿਲਿਆ ਅਤੇ ਮੈਂ ਵੀ 5 ਲੱਖ ਰੁਪਈਆ ਆਪਣੇ ਪਰਸਨਲ ਤੌਰ 'ਤੇ ਪਿੱਛੇ ਗਊਸ਼ਾਲਾ ਨੂੰ ਦਿੱਤਾ ਸੀ, ਜਿਹਦੇ ਨਾਲ ਸਾਡੀ ਬਹੁਤ ਵੱਡੀ ਜ਼ਰੂਰਤ ਹੈ ਕਿ ਇੱਥੇ ਗਊਆਂ ਦਾ ਸ਼ੈੱਡ, ਤੂੜੀ ਦਾ ਸ਼ੈੱਡ, ਚਾਰੇ ਵਾਸਤੇ ਅਸੀਂ ਨਵਾਂ ਸ਼ੈੱਡ ਇੱਥੇ ਬਣ ਰਿਹਾ 200 ਬਾਏ 200 ਦਾ ਸ਼ੈੱਡ ਬਣ ਰਿਹਾ ਜੀ, ਫਿਰ ਤੂੜੀ ਦਾ ਸ਼ੈੱਡ ਹੈ 40 ਬਾਏ 100 ਤੂੜੀ ਦਾ ਸ਼ੈੱਡ ਹੈ ਅਤੇ ਜਿਹਦੇ ਨਾਲ ਜਿਹੜਾ ਬਹੁਤ ਵੱਡਾ ਜਿਹੜਾ ਸਾਡੇ ਗਾਵਾਂ ਦਾ ਪਸ਼ੂਆਂ ਦਾ ਬਹੁਤ ਵੱਡਾ ਮਸਲਾ ਹੈ ਸਾਡੇ ਇਲਾਕੇ ਦੇ ਵਿੱਚ, ਖਾਸ ਕਰਕੇ ਸਮਾਣੇ ਸ਼ਹਿਰ ਸਮਾਣੇ ਪਿੰਡਾਂ 'ਚ ਉਹਨਾਂ ਨੂੰ ਅਸੀਂ ਇੱਥੇ ਲੈ ਕੇ ਆਵਾਂਗੇ ਅਤੇ ਬੜੇ ਵਧੀਆ ਤਰੀਕੇ ਦੇ ਨਾਲ ਗਊਆਂ ਦੀ ਅਸੀਂ ਸੇਵਾ ਦੀ ਉਹਨਾਂ ਦੀ ਦੇਖ ਰੇਖ ਕਰ ਪਾਵਾਂਗੇ। ਤਾਂ ਮੈਂ ਪੰਜਾਬ ਸਰਕਾਰ ਦਾ ਮੰਡੀ ਬੋਰਡ ਤੋਂ ਪੈਸੇ ਆਏ ਆ ਬਹੁਤ ਧੰਨਵਾਦ ਕਰਦਾ ਕਿ ਖਾਸ ਕਰਕੇ ਸਮਾਣੇ ਨੂੰ ਬਹੁਤ ਵੱਡੀ ਗ੍ਰਾਂਟ, ਜਿਹੜੀ ਅੱਜ ਤੱਕ ਐਡੀ ਵੱਡੀ ਗ੍ਰਾਂਟ ਕਦੇ ਵੀ ਗਊਸ਼ਾਲਾ ਨੂੰ ਨਹੀਂ ਮਿਲੀ ਸੀ ਉਹ ਮਿਲੀ ਹੈ ਅਤੇ ਸਾਡੇ ਗਊਸ਼ਾਲਾ ਦੇ ਸਾਰੇ ਮਸਲੇ ਇਹਦੇ ਨਾਲ ਕਾਫੀ ਹੱਦ ਤੱਕ ਹੱਲ ਹੋ ਜਾਣਗੇ ਜੀ। ਓਕੇ। कैमरामैन बालसन गर्ग के साथ पुरुषोत्तम कौशिक।